लगातार तालम डोल हो जाती है कि तो अज भी जिन्हें इतने वजीर आए धरती लोग किरती लोग पहुंचे ने किरती लोग लगातार अठ महीने लगभग एक साल तो ही परेशान हो रहे हैं। दसो जे कोई दसा असि पुछया ही भी ये गल चाहिदा सीगा भी एक महीना हो गया दूजा का घर खाली हो गया भी उन्होंने सुनी जाए इंसाफ मिलना चाहिदा बनती कारवाई होनी चाहिदी बरनाला प्रशासन लोक एकता ਜਿਹੜੀ ਇਹ ਲਵਪ੍ਰੀਤ ਵਾਲਾ ਮਾਮਲੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਕਿਹਦੇ ਖਿਲਾਫ਼ ਦਰਜ ਕੀਤੀ ਗਈ ਕੀ ਮਾਮਲਾ ਦਰਜ ਕੀਤਾ ਗਿਆ ਜੀ ਇਹ ਐਫ ਆਈ ਆਰ ਨੰਬਰ 97 ਕੱਲ੍ਹ ਦੀ ਮਿਤੀ 'ਚ ਯਾਨੀ ਕਿ 27/7/2021 ਦੇ ਰਜਿਸਟਰ ਕੀਤੀ ਗਈ ਬੇਅੰਤ ਕੌਰ ਦੇ ਖਿਲਾਫ਼ ਕੀ ਮਾਮਲਾ ਦਰਜ ਕੀਤਾ ਗਿਆ ਅਤੇ ਕੀ ਕਾਰਵਾਈ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਡੀ ਏ ਲੀਗਲ ਦੀ ਓਪੀਨੀਅਨ ਤੋਂ ਬਾਅਦ 420 ਦਾ ਮਾਮਲਾ ਦਰਜ ਕੀਤਾ ਗਿਆ ਕਿ ਉਹਦੀ ਧੋਖਾ ਦੇਣ ਦੀ ਨੀਅਤ ਸੀ ਪੈਸੇ ਲਾ ਕੇ ਕੈਨੇਡਾ ਜਾਣ ਦੀ ਜੀ ਜਿਸ ਖਿਲਾਫ਼ ਉਹਦੇ ਜਿਹੜਾ ਇਹ ਸੀਗਾ ਕਿ 420 ਦਾ ਮੁਕੱਦਮਾ ਫਿਲਹਾਲ ਰਜਿਸਟਰ ਕੀਤਾ ਗਿਆ ਕਿਸ ਦੇ ਬਿਆਨਾਂ ਤੇ ਹੋਇਆ ਜੀ ਬਿਆਨ ਲਵਪ੍ਰੀਤ ਦੇ ਫਾਦਰ ਸਾਹਿਬ ਦੇ ਬਿਆਨ ਤੇ ਸਰ ਜਿਵੇਂ ਪਰਿਵਾਰ ਦੀ ਮੰਗ ਹੈ ਕਿ ਉਹਨਾਂ ਤੇ 306 ਤੇ ਹੋਰ ਧਾਰਾ ਲਾਉਣ ਦੀ ਮੰਗ ਕਰ ਰਹੇ ਨੇ ਉਹਦੇ ਪਰਿਵਾਰ ਦੀ ਪਰਚਾ ਦਰਜ ਦੇਖੋ ਜੀ ਪਹਿਲਾਂ 176 ਦੀ ਕਾਰਵਾਈ ਹੋਈ ਸੀ ਉਹਦੀ ਵਿਸਤ੍ਰਿਤ ਰਿਪੋਰਟ ਭੇਜੀ ਗਈ ਸੀਗੀ ਅਤੇ ਜੋ ਵਿਸਤ੍ਰਿਤ ਰਿਪੋਰਟ ਹੋਏਗੀ ਜੋ ਰਿਜ਼ਲਟ ਆਏਗਾ ਉਸ ਅਨੁਸਾਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਜੀ ਜਿਹੜੀ ਰੋਡ ਜਾਮ ਕੀਤੀ ਕਿਸ ਮੁੱਦੇ ਨੇ ਕੀਤੀ ਕਿ ਨਹੀਂ ਕੀਤੀ ਉਹਨਾਂ ਨੇ ਇਹੀ ਕੀਤੀ ਹੈ ਕਿ ਜਿਹੜਾ ਮੁਕੱਦਮੇ 'ਚ 306 ਦਾ ਵਾਅਦਾ ਕੀਤਾ ਜਾਵੇ ਫਿਲਹਾਲ ਤਾਂ ਇਹਦੇ ਕਰਕੇ ਉਹਨਾਂ ਨੇ ਆਪਣਾ ਰੋਡ ਜਾਮ ਕੀਤਾ ਜੀ ਅਤੇ ਟ੍ਰੈਫਿਕ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਟ੍ਰੈਫਿਕ ਨੂੰ ਡਿਵਰਸ਼ਨ ਦਿੱਤੀ ਹੈ ਜੀ ਪਿੱਛੋਂ ਇੱਕ ਹਰੀਗੜ੍ਹ ਤੋਂ ਦਿੱਤੀ ਹੈ ਪਿੱਛੋਂ ਆਪਣੇ ਇੱਥੋਂ ਪਟਨਾ ਦਿੱਤੀ ਹੋਈ ਹੈ ਭਾਈ ਹਰਵਿੰਦਰ ਸਿੰਘ ਹਿੰਦੀ ਹਰਵਿੰਦਰ ਸਿੰਘ ਜੀ ਤੁਸੀਂ ਅੱਜ ਉਰੇ ਸੜਕ ਤੇ ਜਾਮ ਲਾਇਆ ਕੀ ਕਾਰਨ ਹੈਗਾ ਜੀ ਇਹ ਵੀਰੇ ਲਵਪ੍ਰੀਤ ਸੁਸਾਈਡ ਕੇਸ ਵਾਲਾ ਮਾਮਲਾ ਸੀਗਾ ਇਹਨੂੰ ਮਹੀਨਾ ਹੋ ਗਿਆ ਸਾਨੂੰ ਪਰ ਪੁਲਿਸ ਪ੍ਰਸ਼ਾਸਨ ਕੋਲੇ ਜਾਂਦਿਆਂ ਨੂੰ ਮਤਲਬ ਕਿ ਸਾਨੂੰ ਆਪ ਵੀ ਅੱਜ ਫਲਾਨਾ ਮੈਂ ਪਹਿਲਾਂ ਹੀ ਬੋਲ ਕੇ ਹਟਿਆ ਉਹੀ ਗੱਲਾਂ ਵਾਰ ਵਾਰ ਬੋਲ ਕੇ ਬਈ ਬਹੁਤ ਔਖਾ ਹੋਇਆ ਪਿਆ ਰਹਿਣਾ ਅਤੇ ਵੀ ਅੱਜ ਫਲਾਨਾ ਅਫਸਰ ਫਾਈਲ ਪੜ੍ਹ ਰਿਹਾ ਅੱਜ ਫਲਾਨਾ ਪੜ੍ਹ ਰਿਹਾ ਅੱਜ ਫਲਾਨੇ ਵਕੀਲ ਸਰਕਾਰੀ ਵਕੀਲ ਕੋਲੇ ਭੇਜੀ ਆ ਫਾਈਲ ਜੇ ਉਹ ਰਿਕਮੈਂਡ ਕਰਨਗੇ ਤਾਂ ਅਸੀਂ ਆਹ ਧਾਰਾ ਲਾ ਦਾਂਗੇ ਚਲੋ ਅਸੀਂ ਅੱਗੇ ਲੱਗ ਜੂਗੀ ਰਿਕਮੈਂਡ ਕਰ ਦੇਣਗੇ ਅਤੇ ਰਾਤੀ ਜਦੋਂ ਉਹਨੂੰ ਪਤਾ ਲੱਗਿਆ ਮੈਂ ਆਪਣੇ ਪੇਜ 'ਤੇ ਪਾਇਆ ਵੀ ਅਸੀਂ ਧਰਨਾ ਲਾ ਰਹੇ ਹਾਂ ਅਤੇ ਮੇਰਾ ਭਰਾ ਪੁਲਿਸ ਵਾਲਾ ਪੁਲਿਸ ਉਹਨਾਂ ਨੂੰ ਫੋਨ ਆਇਆ ਕਿ ਤੁਹਾਡਾ ਪਰਚਾ ਕੱਟਿਆ ਗਿਆ ਮੈਂ ਚਲੋ ਸ਼ੁਕਰ ਆ ਯਾਰ ਵੀ ਆਪਾਂ ਲੋਕ ਨਹੀਂ ਹੈਰਾਨ ਹੋਣਗੇ ਅਤੇ ਈਵਨ ਜਦੋਂ ਮੈਂ ਹਮਦਰਦ ਟੀਵੀ 'ਤੇ ਚਾਹਦਾ ਚੈਨਲ 'ਤੇ ਉਹਦੀ ਮੈਨੂੰ ਲਿੰਕ ਆਇਆ ਮੈਂ ਦੇਖਿਆ ਕਿ 420 ਦਾ ਯਾਰ 420 ਦਾ ਕਤਲ ਦੇ ਵਿੱਚ 420 ਦਾ ਪਰਚਾ ਬਣਦਾ ਇੰਨਾ ਸਾਡਾ ਪੈਸਾ ਲਵਾ ਗਈ ਕੁੜੀ ਸਾਨੂੰ ਬਰਬਾਦ ਕਰ ਗਈ ਜ਼ਮੀਨ ਵੇਚਣ ਦੇ ਸੀ ਘੰਡੇ ਖੜੇ ਅਤੇ ਸਾਨੂੰ ਪਰਚਾ ਮਿਲਦਾ 420 ਦਾ ਇਹ ਤਾਂ ਮਹੀਨਾ ਪਹਿਲੀ ਕੱਟ ਦਿੰਦੇ 420 ਦਾ ਇੱਕ ਮਹੀਨਾ ਲਮਕਾਉਣ ਤੋਂ ਬਾਅਦ 420 ਤੁਹਾਡੀ ਪਹਿਲੀ ਤਰੀਕ ਜੋੜ ਜਾਣੀ ਹੈ ਜੀ ਹੁਣ ਕਿਹੜੀ ਮੰਗ ਹੈ ਜੀ ਹੁਣ ਸਾਡੀ ਮੰਗ ਹੈ ਵੀਰੇ ਘੱਟੋ ਘੱਟ 306 ਅਤੇ ਜਿਹੜੇ ਹੋਰ ਧਾਰਾ ਨੇ ਵਕੀਲ ਸਾਹਿਬ ਨੇ ਕਿਹਾ ਕਰ ਮੈਂ ਕੋਈ ਵਕੀਲ ਨਹੀਂ ਹੈਗਾ ਵੀ ਉਹ ਸਾਰੇ ਉਹਨਾਂ ਪਰਿਵਾਰ ਦੇ ਨਾਲ ਲੱਗਣ ਕਿਉਂਕਿ ਪਰਿਵਾਰ ਰਲਿਆ ਮਿਲਿਆ ਕੁੜੀ ਚੈਟਾਂ ਦੇ ਵਿੱਚ ਕਹਿੰਦੀ ਮੈਂ ਮੰਮੀ ਨਾਲ ਗੱਲ ਕਰਦੀ ਮੈਂ ਤੇਰੇ ਨਾਲ ਘੰਟੇ ਨੂੰ ਗੱਲ ਜਦੋਂ ਮਾਂ ਨਾਲ ਘੰਟਾ ਘੰਟਾ ਗੱਲਾਂ ਕਰਦੀ ਸੀ ਮਾਂ ਦਾ ਕੁੜੀ ਦਾ ਘਰ ਪੱਟਣ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈਗਾ ਜਿਹੜੀ ਕੁੜੀ ਆਪਦੀ ਮਾਂ ਨੂੰ ਫੋਨ ਕਰਦੀ ਹੈ ਜਿਹੜੀ ਮਾਂ ਕੁੜੀ ਨੂੰ ਬਿੰਦੇ ਬਿੰਦੇ ਫੋਨ ਕਰਦੀ ਹੈ ਮਾਂ ਅੱਜ ਹਿੱਕ ਠੋਕ ਕੇ ਕਹਿੰਦਾ ਉਹ ਘਰ ਕਦੇ ਨਹੀਂ ਵਸਦਾ ਲੱਗਦਾ ਨਹੀਂ ਜਿਹੜਾ ਇਨਸਾਫ ਲੈਣ ਲਈ ਇੱਕ ਮਹੀਨਾ ਲੰਘ ਗਿਆ 24 ਜੂਨ ਨੂੰ ਡੈਥ ਹੋਈ ਸੀ ਪਰ ਇੱਕ ਮਹੀਨੇ ਦੇ ਬਾਅਦ ਵੀ ਅੱਜ 400 ਤੁਸੀਂ ਵੀਰੇ ਮੈਨੂੰ ਐ ਦੱਸੋ ਤੁਸੀਂ ਮੇਰੀ ਕਿੰਨੀਆਂ ਵਾਈਟਾਂ ਲੈ ਗਏ ਹੁਣ ਤੱਕ ਮੈਨੂੰ ਖੁਦ ਨੂੰ ਯਾਦ ਨਹੀਂ ਮੈਂ ਕਿੰਨੇ ਚੈਨਲਾਂ ਨੂੰ ਕਿੰਨੇ ਇੰਟਰਵਿਊ ਦੇ ਚੁੱਕਿਆ ਸਾਰਿਆਂ ਦੀ ਮੇਰੀ ਇੱਕੋ ਹੀ ਗੱਲ ਹੈ ਭਾਈ ਸਾਡਾ ਪਰਚਾ ਕਰੋ ਉਹ ਉੱਥੇ ਹੁਣ ਅਮਰੀਕਾ ਦੇ ਵਿੱਚ ਲਈ ਬੈਠੇ ਜੋ ਕਿ ਅਮਰੀਕਾ ਭੱਜ ਗਏ ਸੀ ਕੀ ਕਰ ਲਾਂਗੇ ਪਰਚੇ ਦੇ ਵਿੱਚ ਇਕੱਲੀ ਬੇਅੰਤ ਕੌਰ ਦਾ ਨਾਂ ਹੈ ਹਾਂ ਬਈ ਮਾਂ ਅਸੀਂ ਅਸੀਂ ਤਾਂ ਮਾਂ ਪਿਓ ਦਾ ਨਾਂ ਲਿਖਾਇਆ ਨਾਲ ਸਾਨੇ ਮੁੰਡੇ ਦਾ ਲਿਖਾਇਆ ਹੈਗਾ ਅਸੀਂ ਆਪਣੇ ਫੋਨ ਦੇ ਤੇ ਉਹ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਇਨਕੁਆਇਰੀ ਸਾਡੀ ਇਕੱਲਿਆਂ ਦੀ ਹੋਈ ਆ ਬੇਅੰਤ ਕੌਰ ਦੀ ਤਾਂ ਕੋਈ ਇਨਕੁਆਇਰੀ ਨਹੀਂ ਹੋਈ ਨਾ ਉਹਦੇ ਭਾਈ ਦਾ ਅਕਾਊਂਟ ਕਢਾਇਆ ਗਿਆ ਵੀ ਵੈਸਟਰਨ ਯੂਨੀਅਨ 'ਚ ਉਹਨੂੰ ਸਾਨੂੰ ਤਾਂ ਪੰਜੀ ਨਹੀਂ ਭੇਜੀ ਵੀ ਕਿੰਨੇ ਪੈਸੇ ਮੰਗਾਏ ਗਏ ਆ ਅਤੇ ਹੋਰ ਇਹਨਾਂ ਨਾਲ ਉਹਨਾਂ ਦੇ ਕਾਲ ਡਿਟੇਲਾਂ ਕਢਾਈਆਂ ਗਈਆਂ ਨੇ ਸਾਡੇ ਪਰਿਵਾਰ ਦੀ ਇਨਕੁਆਇਰੀ ਕਰ ਲਈ ਉਹਨਾਂ ਦੀ ਕਿਉਂ ਨਹੀਂ ਹੋ ਰਹੀ ਬੇਅੰਤ ਕੌਰ ਦਾ ਫੋਨ ਕਿਉਂ ਨਹੀਂ ਮੰਗਾਇਆ ਜਾ ਰਿਹਾ ਉਹਨੂੰ ਕਿਉਂ ਨਹੀਂ ਸਵਾਲ ਕੀਤਾ ਜਾ ਰਿਹਾ ਵੀ ਜਿਹੜਾ ਤੂੰ ਪੁਰਾਣੇ ਨੰਬਰ ਨੇ ਕਿਉਂ ਬੰਦ ਕਰੇ ਨੇ ਨਵਾਂ ਨੰਬਰ ਕਿਉਂ ਚਲਾਇਆ ਹੈਗਾ ਪੁਰਾਣੇ ਨੰਬਰ ਦੀ ਡਿਟੇਲ ਉਹ ਕਾਲ ਡਿਟੇਲ ਭੇਜੇ ਸਾਰਾ ਕੁਝ ਜੀ
अणमथे समय लिए लोगों का साथ देख जिन्ना चर लोग मेरा साथ देंगे मैं खड़ूंगा जिदे लोगों ने साथ छड़ता भरावा फिर मैं भी बेजूंगा रे जे मैं लड़ रहा मेरे लोगों की सपोर्ट है मैं तो लड़ रहा कला तो मैं कुछ नहीं कर सकता लगता नहीं लापरी के मामले के पंजाब के हजारों नौजवान ठगी हुई है काशी करना कि भी इंसाफ नहीं मिले हाँ ये गल जरूर है भीरे जे लापरी तो अज इंसाफ ना मिले तुम ऐसा हाल लो यार मेरे ने इन्ना धक्का हो रहा है मेरे ना इन्ने लोग जुड़े ने मैं बोलता कई लोगों तो मेरा बड़ा भरा नहीं आके मैं मैक च बोल सकता मूहे चल जे मैं बोलता मेरी ही नहीं सुनी जा रही जेडे बेचारे कोई सधारण लोग ने मिडल क्लास छोटिया क्लास वो कितों आके बोलन चैनलों पर आके जी भाई हाँ जी की नाम थोड़ा सुनील मल्लन एडवोकेट है जी मैं चंडीगढ़ तो आया सुनील जी जी अज इतने पहुंचे हरप्रीत लापरी लापरी परिवार वाले ने धरना लगाया तो पुलिस वालों एक एफ आई आर भी दर्ज की गई है चार लगाई गई है जी किस तरह देख रहे हो इस केस को देखो मैं तो पहला भी कहना हूं भी कहना पाया कि ये परचा सिर्फ इन्होंने ना साढ़े झूठे मगरमच्छ के आंसू वाली गल की है कि झूठे जे तरीके घटिया जी एक छोटी जी एफ आई आर बना के देती है कि असी चुप कर दीए परिवार ने जिहड़ा कैंडल मार्च किया उस कैंडल मार्च के रिजल्ट नाल ही ये परचा दर्ज होया परिवार की एफर्ट है जथेबंदियों की एफर्ट है परिवार की सज्जनों की पिंड वालों की एफर्ट है और जिदे विच ये 420 दा सिर्फ परचा दर्ज किया जबकि होर बड़िया धारावां ने होर बड़ी एविडेंस ऑन रिकॉर्ड दे चुके हैं और उहदे मुताबक पुलिस परचा क्यों नहीं दर्ज कर रही अगे ऑलरेडी 29 पिछले महीने जून की 29 जून का एप्लीकेशन दी है तो अज आलमोस्ट एक महीना बीतन से आया महीने बाद भी प्रैशर आया है तो परचा दर्ज होया नहीं तो शायद ये भी परचा दर्ज ना होता जी हूँ लग रहा जिस तरह परिवार ने तो रोड जाम की है तो किसी ने कोई गलबात हुई या कोर्ट के थ्रू इस धारण वाधा कराने कोई अपील नहीं देखो कोर्ट का रोल तो हले ठहर के आएगा जी कोर्ट के रोल वास्ते मैं परिवार के नाल जुड़िया लीगल नॉलेज वास्ते लीगल स्किल वास्ते पंजाब पुलिस इन्हों तो पागल बना सकती है सानू तो पागल नहीं बना सकती ना क्योंकि काले कोर्ट वाले सलूट मारती है काला कोर्ट पंजाब पुलिस सलूट नहीं मारता चाहे उन्हों का डीए लीगल है तो चाहे साढ़े जज साहब ने सो इस करके राय देने वाला जिहड़ा कौम है वह वकील है और जे वो कुछ सानू परिवार को कुछ समझवाज दिखाएगी तो आप गलत काम नहीं होने देना आप परिवार नाल इस करके जुड़े हैं पीसफुल प्रोटेस्ट कर रहे हैं और ऑलरेडी इंटीमेट किया कि ये पीसफुल प्रोटेस्ट किया जाएगा परिवार ने किया सी और वो रिजल्ट में अजे सारे परिवार अपने आप आए ने छोटे जे सदे ते आए ने और वो चाचा जी ने जो एफर्ट की है या जो भी सोशल मीडिया बस दे जरिए ये एफर्ट हुई है तो परिवार इकट्ठे हो रहे हैं साढ़े नाल जी गल करिए जिमें परिवार की मांग है 306 की पुलिस कह रही है कि 306 थान लाई जाऊगी रिपोर्ट आनी है मैनू पंजाब पुलिस की यह गल बिल्कुल हजम नहीं हुई वो मैं कहां तो बड़ी घटिया गल की है पंजाब पुलिस ने जे 306 की गल करा 306 सिर्फ कारण दसना होंगे कारण की है मौत का अबैटमेंट उकसाया जाना तो उस बच्चे उकसाया गया मई 2020 जुलाई 2020 तो लड़का शरेआम लिखता है अपने चैटा च कि मैं कुछ खा के मर जाना ही मैं जान दे देनी हूँ मैनू बुला लै जे मैनू नहीं बुला सकती तो मैं